ਮੇਰੀਆਂ ਦੋ ਬੇਟੀਆਂ ਜੀ 4-5 ਸਾਲ ਤੋਂ ਤੇ ਜਦੋਂ ਦਾ ਮਾਹੌਲ ਸੁਣਿਆ ਚਲੋ ਟੈਨਸ਼ਨ ਜਿਹਾ ਹੀ ਘਬਰਾਹਟ ਹੁੰਦੀ ਚਲੋ ਬੱਚੇ ਆਪਣੇ ਸੇਫ ਰਹਿਣ ਉੱਧਰ ਮੇਰਾ ਬੇਟਾ ਹੈ ਵਾਸ 1 ਮਹੀਨਾ ਹੋਇਆ ਹੈ ਅਭੀ ਉਸਕੋ ਬਹੁਤ ਟੈਨਸ਼ਨ ਰਹਤੀ ਹੈ ਮੁਝਕੋ ਪਰੇਸ਼ਾਨੀ ਸਾਨੂੰ ਹੋ ਰਹੀ ਹੈ ਕਿ ਬੱਚੇ ਨੂੰ ਸਟੱਡੀ ਵਾਸਤੇ ਭੇਜਿਆ ਸੀ ਅੱਜ ਕਰਕੇ ਬੇਟੀ ਹੈ ਮੇਰੀਆਂ ਦੋ ਬੇਟੀਆਂ ਜੀ 4-5 ਸਾਲ ਤੋਂ ਤੇ ਜਦੋਂ ਦਾ ਮਾਹੌਲ ਸੁਣਿਆ ਚਲੋ ਟੈਨਸ਼ਨ ਜਿਹਾ ਹੀ ਘਬਰਾਹਟ ਹੁੰਦੀ ਚਲੋ ਬੱਚੇ ਆਪਣੇ ਸੇਫ ਰਹਿਣ ਉੱਧਰ ਹਾਂਜੀ 4-5 ਸਾਲ ਹੋ ਗਏ ਪੀ ਆਰ ਵੀ ਹੋਣੇ ਚਾਹੀਦੇ ਹਾਂਜੀ ਹਾਂਜੀ ਸਟੱਡੀ ਬੇਸ ਤੇ ਗਏ ਹਾਂਜੀ ਦੋਨੋਂ ਬੇਟੀਆਂ ਹੀ ਜਦੋਂ ਸੁਣਿਆ ਤੁਸੀਂ ਕਿ ਆਪਸ ਚ ਦੋਨਾਂ ਮੁਲਕਾਂ ਦਾ ਤਣਾਅ ਮਤਲਬ ਹੋਇਆ ਬੈਨ ਹੋਇਆ ਵੀਜ਼ੇ ਦਾ ਸਿਸਟਮ ਕਿਸ ਤਰ੍ਹਾਂ ਦਾ ਮਾਹੌਲ ਗਾ ਚ ਡਰ ਮਤਲਬ ਹਾਂਜੀ ਡਰ ਤਾਂ ਲੱਗਦਾ ਹੀ ਬੱਚੇ ਜੋ ਗਏ ਦੋਨੋਂ ਹੀ ਬਾਹਰ ਉੱਥੇ ਆ ਤੇ ਡਰ ਲੱਗਦਾ ਖਬਰਾਂ ਸੁਣਦੇ ਰਹੋ ਜੀ ਟੈਨਸ਼ਨ ਦਿੰਦੀ ਆ ਚਲੋ ਬੱਚੇ ਆਪਣੇ ਸੇਫ ਰਹਿਣ ਸਰਕਾਰਾਂ ਚਲੋ ਮਿਲ ਜੁਲ ਕੇ ਆਪਣਾ ਫੈਸਲਾ ਕਰਨ ਵਧੀਆ ਨਾ ਮਿਲ ਜੁਲ ਕੇ ਹੱਲ ਕਰਨਾ ਚਾਹੀਦਾ ਮੇਰਾ ਬੇਟਾ ਹੈ ਵਾਸ 1 ਮਹੀਨਾ ਹੋਇਆ ਹੈ ਅਭੀ ਉਸਕੋ ਬਹੁਤ ਟੈਨਸ਼ਨ ਰਹਤੀ ਹੈ ਮੁਝਕੋ ਰਾਤ ਦਿਨ ਬਹੁਤ ਟੈਨਸ਼ਨ ਹੈ ਇਤਨਾ ਪੈਸਾ ਲਗਾ ਕਰ ਹਮਨੇ ਉਸਕੋ ਭੇਜਾ ਹੈ ਬਹੁਤ ਟੈਨਸ਼ਨ ਹੈ ਜੇ ਜੋ ਸਰਕਾਰਾਂ ਬੋਲ ਰਹੀਆਂ ਹਨ ਉਹ ਸਹੀ ਕਰਨ ਆਪਸ ਵਿੱਚ ਮਿਲ ਜੁਲ ਕੇ ਬਾਤ ਕਰ ਲੈਣ ਬਹੁਤ ਅੱਛਾ ਹੈ ਜੋ ਹਮਾਰਾ ਪਿਆਰ ਹੈ ਸਰਕਾਰਾਂ ਕਾ ਬਣਿਆ ਹੈ ਇਸੇ ਤਰ੍ਹਾਂ ਬਣਿਆ ਰਵੇ आपका बच्चा किस कंट्री में गया तो क्या बेस पे गया था स्टडी मेरा बेटा ब्रम्पटन गया है हाँ जी पढ़ाई बेस पे गया है हाँ जी उठा के भेजा था कर्जा हाँ जी कुछ पैसे उठाकर भेजा था उसके पापा बहुत टेंशन में रहते हैं रात दिन बहुत टेंशन रहती है बच्चों की मैं यही चाहते हैं भी चलो सरकार बैठ के अपना हाल जो भी है कर लेना आपस में आपकी बात होती है बच्चों से हाँ जी बात होती है डेली होती है वो भी टेंशन में हाँ जी बहुत टेंशन रहता है बच्चा परेशानी सानू हो रही है ਕਿ ਬੱਚੇ ਨੂੰ ਸਟੱਡੀ ਵਾਸਤੇ ਭੇਜਿਆ ਸੀ ਅੱਜ ਕਰਕੇ ਬੇਟੀ ਹੈ ਤੇ ਤਕਰੀਬਨ 7 ਮਹੀਨੇ ਹੋ ਗਏ ਨੇ ਉਹਨਾਂ ਨੂੰ ਗਿਆ ਨੂੰ ਤੇ ਹੁਣ ਜਿਸ ਤਰ੍ਹਾਂ ਕਿ ਸੁਣਿਆ ਮੀਡੀਆ ਤੇ ਖਬਰ ਵੀ ਆ ਰਹੀ ਹੈ ਤੇ ਅੱਜ ਕਰਕੇ ਥੋੜਾ ਜਿਹਾ ਤਕਰਾਰ ਚੱਲ ਰਿਹਾ ਆਪਸੀ ਦੋਨਾਂ ਸਰਕਾਰਾਂ ਦਾ ਤੇ ਉਹਨਾਂ ਨੂੰ ਸੋਚ ਕੇ ਉਹ ਦੇਖ ਕੇ ਤੇ ਥੋੜਾ ਜਿਹਾ ਬੱਚਾ ਵੀ ਉਧਰ ਪਰੇਸ਼ਾਨ ਹੈ ਤੇ ਕਿਉਂਕਿ ਸਟੱਡੀ ਵਾਸਤੇ ਗਏ ਉਹ ਪੜ੍ਹ ਨਹੀਂ ਪਾ ਰਿਹਾ ਤੇ ਸੋਚਣ ਤੇ ਮਜਬੂਰ ਹੈ ਅਸੀਂ ਵੀ ਸੋਚਣ ਤੇ ਮਜਬੂਰ ਹਾਂ ਵੀ ਆ ਹੋ ਰਿਹਾ ਥੋੜਾ ਜਿਹਾ ਮਨ ਨੂੰ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਪਹਿਲਾਂ ਵੀ ਅੱਛੇ ਮਤਲਬ ਸੰਬੰਧ ਰਹੇ ਨੇ ਤੇ ਹੁਣ ਵੀ ਆਪਸ ਵਿੱਚ ਕੰਪਰੋਮਾਈਜ਼ ਕਰਕੇ ਥੋੜਾ ਜਿਹਾ ਜੇ ਬੱਚੇ ਗਏ ਨੇ ਪੈਸਾ ਲਗਾ ਕੇ ਭੇਜਿਆ ਹੋਇਆ ਤੇ ਇਸ ਕਰਕੇ ਉਹ ਸਟੱਡੀ ਕਰਨ ਪੂਰੀ ਔਰ ਆਪਣਾ ਇੱਥੇ ਆਣ ਕੇ ਜਾਂ ਉੱਥੇ ਰਹਿ ਕੇ ਜੇ ਮਤਲਬ ਨੌਕਰੀ ਅੱਛੀ ਮਿਲ ਜੇ ਤੇ ਜ਼ਿੰਦਗੀ ਵਧੀਆ ਚੱਲੇਗੀ ਤੇ ਕੰਪਰੋਮਾਈਜ਼ ਕਰਨਾ ਚਾਹੀਦਾ ਆਪਸ ਵਿੱਚ ਮਤਲਬ ਦੋਨਾਂ ਸਰਕਾਰਾਂ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਹਾਂਜੀ